ਗ੍ਰਮਖ ਪਿਆਰਿਓ ਅੱਜ ਕੁਝ ਖਾਸ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਤਿਗੁਰੂ ਕਿਰਪਾ ਕਰਨ ਸਾਰੇ ਜਾਣੇ ਫਤਿਹ ਬਲਾਓ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਕਰਨ ਪਿਆਰਿਓ ਸਾਨੂੰ ਸਮਝ ਪੈ ਜਾਏ ਅਸਲ ਸਿਧਾਂਤ ਦੀ ਅਸਲ ਚੀਜ਼ਾਂ ਦੀ ਕਿ ਸਤਿਗੁਰੂ ਕੀ ਕਹਿ ਰਹੇ ਨੇ ਪਾਤਸ਼ਾਹ ਨੇ ਨਾਨਕ ਏਵੈ ਜਾਣੀ ਐ ਸਭ ਕਿਛ ਤਿਸਹਿ ਰਜਾਈ ਅਸਲ ਗੱਲ ਇਉਂ ਹੀ ਸਮਝਣੀ ਚਾਹੀਦੀ ਐ ਹਰੇਕ ਕੰਮ ਉਸ ਦੀ ਰਜਾ ਵਿੱਚ ਹੋ ਰਿਹਾ ਤੇ ਆਪਾਂ ਕੁਝ ਵੀ ਕਰੀਏ ਤੇ ਉਸ ਦੀ ਰਜਾ ਵਿੱਚ ਹੀ ਹੋ ਰਿਹਾ ਚੰਗਾ ਕਰੀਏ ਉਸ ਦੀ ਰਜਾ ਵਿੱਚ ਐ ਜੇ ਜਾਣੇ ਅਣਜਾਣੇ ਚ ਆਪਾਂ ਤੋਂ ਕੰਮ ਉਲਟਾ ਹੋ ਜੇ ਤਾਂ ਵੀ ਉਸ ਦੀ ਰਜਾ ਵਿੱਚ ਹੀ ਹੈ ਹਰ ਇੱਕ ਕਾਰਜ ਜਿਹੜਾ ਉਸ ਦੀ ਰਜਾ ਵਿੱਚ ਹੁੰਦਾ ਹੈ ਜੇ ਹਵਾ ਚੱਲਦੀ ਹੈ ਤਾਂ ਵੀ ਉਹਦੀ ਰਜਾ ਵਿੱਚ ਹੈ ਜੇ ਮੀਂਹ ਪੈਂਦਾ ਹੈ ਤਾਂ ਵੀ ਉਹਦੀ ਰਜਾ ਵਿੱਚ ਹੈ ਜੇ ਧੁੱਪ ਨਹੀਂ ਕੋਲੀ ਤਾਂ ਉਹਦੀ ਰਜਾ ਵਿੱਚ ਹੈ ਕਈ ਵਾਰ ਗਰਮੀ ਚ ਵੀ ਉਹ ਠੰਡ ਲੱਗਣ ਲਾ ਦਿੰਦਾ ਹੈ ਤੇ ਕਈ ਵਾਰੀ ਠੰਡ ਦੇ ਵਿੱਚ ਵੀ ਗਰਮੀ ਮਹਿਸੂਸ ਹੋਣ ਲਾ ਦਿੰਦਾ ਹੈ ਮੌਸਮ ਦੀ ਤਬਦੀਲੀ ਪਰਮਾਤਮਾ ਦੇ ਹੱਥ ਹੈ ਸੋ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਕਿ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਤੇ ਆਪਾਂ ਉਹਦੇ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਨੇ ਆ ਸੋ ਇੱਕ ਬੇਨਤੀ ਨੂੰ ਸਮਝ ਲਿਓ ਜੀ ਕਹਿੰਦੇ ਨੇ ਇੱਕ ਵਾਰ ਇੱਕ ਇਨਸਾਨ ਇੱਕ ਕਾਲਪਨਿਕ ਕਹਾਣੀ ਐ ਸਮਝਣ ਦੇ ਲਈ ਇੱਕ ਇਨਸਾਨ ਜਾ ਕੇ ਪਰਮਾਤਮਾ ਕੋਲੇ ਸ਼ਿਕਾਇਤ ਕਰਦਾ ਕਹਿੰਦਾ ਜਿਸ ਤਰ੍ਹਾਂ ਦਾ ਕਾਰਜਕਾਲ ਤੁਸੀਂ ਚਲਾਉਂਦੇ ਹੋ ਇੱਕ ਦਿਨ ਲਈ ਮੈਨੂੰ ਦੇ ਦਿਓ ਪਰਮਾਤਮਾ ਕਹਿੰਦਾ ਵੀ ਠੀਕ ਐ ਤੇ ਤੂੰ ਇੱਕ ਦਿਨ ਮੇਰੀ ਡਿਊਟੀ ਸਾਂਭ ਤੇ ਮੈਂ ਬਾਹਰ ਜਾਣਾ ਤੇ ਮੈਂ ਛੁੱਟੀ ਤੇ ਆ ਜਿਵੇਂ ਆਪਾਂ ਕਹ ਲੈ ਵੀ ਮੈਂ ਛੁੱਟੀ ਤੇ ਆ ਜੀ ਮੈਂ ਕਾਰਜ ਨਹੀਂ ਅੱਜ ਨਹੀਂ ਕੰਮ ਕਰਨਾ ਕੋਈ ਵੀ ਹਨ ਤੇ ਇਸੇ ਤਰ੍ਹਾਂ ਜੀ ਇੱਕ ਦਿਨ ਦੇ ਲਈ ਉਹਨੂੰ ਰੱਬ ਬਣਾਤਾ ਪਰਮਾਤਮਾ ਬਣਾਤਾ ਉਸ ਇਨਸਾਨ ਨੂੰ ਤੇ ਆਖਰ ਦੇ ਵਿੱਚ ਹੋਇਆ ਕੀ ਉਹ ਇਨਸਾਨ ਅਜੀਹਾ ਨਿਕਲਿਆ ਕਹਿੰਦਾ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਜੀ ਇਹਨਾਂ ਨੂੰ ਰੋਟੀ ਨਹੀਂ ਦੇਣੀ ਭੁੱਖੇ ਮਾਰਦੇ ਜਿਉਤੇ ਇਹ ਅਪਰਾਧੀ ਨੇ ਕਿਸੇ ਨੇ ਚੰਗਾ ਕੰਮ ਕੀਤਾ ਕਹਿੰਦਾ ਹਾਂ ਜੀ ਹਾਂ ਇਹਨੂੰ ਬਹੁਤ ਵੱਡੀਆਂ ਉਪਲਬਧੀਆਂ ਦੇ ਦਿਓ ਜੀ ਤੇ ਅੱਜ ਇਹਨਾਂ ਦਾ ਮਰਨਾ ਕੈਨਸਲ ਕਰ ਦਿਓ ਜਿਨ੍ਹਾਂ ਨੇ ਮਰਨਾ ਹੈ ਜਿਨ੍ਹਾਂ ਨੇ ਜੰਮਣਾ ਹੈ ਉਹਨਾਂ ਨੂੰ ਅੱਜ ਛੁੱਟੀ ਦੇ ਦਿਓ ਜੀ ਅੱਜ ਨਹੀਂ ਕਰਨਾ ਹੈਗਾ ਇੱਕ ਸਮਝਣ ਵਾਸਤੇ ਗੱਲ ਹੈ ਤੇ ਜਿਹੜੇ ਉਹਦੇ ਆਪਣੇ ਦੁਸ਼ਮਣ ਸੀ ਉਹਨੇ ਖਤਮ ਕਰਤੇ ਜਿਹੜੇ ਹੋਰ ਗੱਲਾਂ ਬਾਤਾਂ ਸੀ ਉਹਨੇ ਸਾਰੀਆਂ ਖਤਮ ਕਰਤੀਆਂ ਭਾਵੇਂ ਕਿ ਉਹਨੇ ਸਾਰਾ ਸਿਸਟਮ ਗੜਬੜਾਤਾ ਜਦੋਂ ਰੱਬ ਆਇਆ ਨਾ ਦੂਜੇ ਦਿਨ ਉਹ ਕਹਿੰਦਾ ਭਾਈ ਆ ਕੀ ਕੀਤਾ ਤੂੰ ਨਹੀਂ ਕਰ ਸਕਦਾ ਤੇਰੇ ਵਾਸਤੇ ਗੱਲ ਨਹੀਂ ਆਏਗੀ ਕਿਹਨਾਂ ਤੂੰ ਇਨਸਾਨ ਹੈ ਤੇਰੇ ਅੰਦਰ ਵੈਰ ਭਾਵਨਾ ਵਿਰੋਧਤਾ ਆ ਕਿਨਾਂ ਅਸੀਂ ਇਹਨਾਂ ਚੀਜ਼ਾਂ ਤੋਂ ਕੂਹਾਂ ਦੂਰ ਹਾਂ ਤੇ ਅਸੀਂ ਨਹੀਂ ਇਹ ਚੀਜ਼ਾਂ ਜਾਣਦੇ ਕਿਨਾਂ ਜਿਹੜਾ ਅਪਰਾਧੀ ਹੈ ਉਹਨੂੰ ਵੀ ਦੇਣਾ ਤੇ ਜਿਹੜਾ ਚੰਗਾ ਹੈ ਉਹਨੂੰ ਵੀ ਦੇਣਾ ਤੇ ਹਰ ਇੱਕ ਨੂੰ ਭੋਜਨ ਪ੍ਰਸ਼ਾਦਾ ਪਹਿਲ ਦੇ ਆਧਾਰ ਤੇ ਤੇ ਉਹਦੇ ਚੰਗੇ ਕਰਮਾਂ ਦੀ ਮੰंदे ਕਰਮਾਂ ਦੀ ਜਿਹੜੀ ਸਜ਼ਾ ਆ ਉਹ ਬਾਅਦ ਵਿੱਚ ਆ ਰੱਬ ਇਦਾਂ ਨਹੀਂ ਕਰਦਾ ਉਹ ਰੱਬ ਜਿਹੜਾ ਕਰਦਾ ਹੈ ਨਾ ਚੰਗਾ ਕਰਦਾ ਜੇ ਆਪਾਂ ਕਹਿੰਦੇ ਆ ਵੀ ਅੱਜ ਮੇਰੇ ਤੇ ਮਾਰ ਪੈ ਗਈ ਜੀ ਉਹ ਚੰਗੇ ਵਾਸਤੇ ਕਰਦਾ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਤੁਹਾਡੇ ਲਈ ਬਹੁਤ ਕੁਝ ਸੋਚ ਕੇ ਰੱਖਿਆ ਹੋਵੇ ਤੇ ਅੱਜ ਤੁਹਾਡੇ ਤੇ ਖੁਸ਼ੀਆਂ ਨੇ ਕਦੇ ਉਸ ਨੂੰ ਭੁੱਲੋ ਨਾ ਇਹ ਨਾ ਕਹੋ ਕਿ ਅੱਜ ਹੰਕਾਰ ਹੀ ਨਾ ਬਣੋ ਮੈਂ ਅੱਜ ਮੇਰੇ ਕੋਲ ਬਹੁਤ ਕੁਝ ਹੈ ਜੀਆਂ ਆਇਆ ਜੀ ਤੇ ਰੱਬ ਕੱਲ ਨੂੰ ਬਹੁਤ ਕੁਝ ਖੋ ਵੀ ਸਕਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਅਗਹਿ ਨਹੀਂ ਕਹੋ ਕਿਆ ਕਰੇ ਪਾਤਸ਼ਾਹ ਕਹਿੰਦੇ ਨੇ ਇਹ ਭਲਿਆ ਯਾਦ ਰੱਖੀ ਤੈਨੂੰ ਇੱਕ ਵੀ ਪਰਮਾਤਮਾ ਵਸਤੂ ਨਾ ਦੇਵੇ ਇੱਕ ਵੀ ਦਾਤ ਨਾ ਦੇਵੇ ਉਹਦੇ ਬਦਲੇ ਤੇ ਤੋ 10 ਚੀਜ਼ਾਂ ਜਿਹੜੀਆਂ ਤੇਰੇ ਕੋਲ ਨੇ ਉਹ ਖੋਲਵੇ ਤੂੰ ਰੱਬ ਤੇ ਜਾ ਕੇ ਕਿੱਥੇ ਕੇਸ ਦਰਜ ਕਰਾਏਂਗਾ ਜਾਂ ਰੱਬ ਦੀ ਸ਼ਿਕਾਇਤ ਜਾ ਕੇ ਕਿਹਦੇ ਕੋਲ ਕਰੇਂਗਾ ਕੀ ਤੇਰੇ ਕੋਲੇ ਚਾਰਾ ਹੋਊਗਾ ਤੂੰ ਕੀ ਕਰਨਾ ਚਾਹਵੇਂਗਾ ਇਸ ਗੱਲ ਦਾ ਜਵਾਬ ਦੇ ਕੁਛ ਕਰਾਂਗੇ ਜੀ ਆਪਾਂ ਰੱਬ ਦਾ ਜਾ ਕੇ ਕਿਤੇ ਸ਼ਿਕਾਇਤ ਦਰਜ ਕਰਾਵਾਂਗੇ ਨਹੀਂ ਨਾ ਕਰ ਸਕਦੇ ਕੁਛ ਨਹੀਂ ਕਰ ਸਕਦੇ ਉਹ ਰੱਬ ਹੈ ਉਹ ਪਰਮਾਤਮਾ ਤੇ ਆਪਾਂ ਸਿਰਫ ਉਹਦੇ ਭਾਣੇ ਨੂੰ ਮੰਨ ਸਕਦੇ ਆ ਪਾਸ਼ਾ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਦਾ ਨਾਮ ਲੈਣ ਵਾਲਿਆਂ ਦੀ ਚੜ੍ਹਦੀ ਕਲਾ ਹੁੰਦੀ ਹੈ ਤੇ ਉਹਦੇ ਭਾਣੇ ਦੇ ਵਿੱਚ ਹੀ ਸਭ ਦਾ ਭਲਾ ਹੁੰਦਾ ਜਿਹੜੇ ਉਹਦੇ ਭਾਣੇ ਨੂੰ ਮੰਨਦੇ ਨੇ ਉਹਦੇ ਭਾਣੇ ਵਿੱਚ ਰਹਿਣ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਉਹਦੇ ਭਾਣੇ ਵਿੱਚ ਚੱਲਣ ਵਾਲਿਆਂ ਦੀ ਕਦੇ ਵੀ हेठी ਨਹੀਂ ਹੁੰਦੀ ਇਹ ਗੱਲ ਯਾਦ ਰੱਖਿਓ ਪਾਤਸ਼ਾਹ ਕਹਿੰਦੇ ਨੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜੇ ਆਪਣੇ ਮਨ ਦੀ ਮਤ ਦੇ ਮੁਤਾਬਕ ਚੱਲਦੇ ਨੇ ਜਿਹੜੇ ਆਪਣੇ ਮਨ ਦੀ ਸਥਿਤੀ ਦੇ ਮੁਤਾਬਕ ਚੱਲਦੇ ਨੇ ਪਾਤਸ਼ਾਹ ਕਹਿੰਦੇ ਫਿਰ ਉਹ ਰੱਬ ਤੋਂ ਵਿਛੜ ਜਾਂਦੇ ਨੇ ਤੇ ਫਿਰ ਜਿਹੜੇ ਰੱਬ ਦੀ ਨਹੀਂ ਸੁਣਦੇ ਤੇ ਫਿਰ ਉਹਨਾਂ ਦਾ ਹਾਲ ਮੰਦੜਾ ਹੁੰਦਾ ਤੇ ਉਹ ਬੁਰਾ ਹਾਲ ਹੁੰਦਾ ਆ ਉਹ ਫਿਰ ਆਪਣੇ ਭਾਣੇ ਵਿੱਚ ਚੱਲ ਕੇ ਚੋਟਾਂ ਹੀ ਖਾਂਦੇ ਨੇ ਸੱਚੇ ਪਾਤਸ਼ਾਹ ਨੇ ਇਹ ਗੱਲ ਸਾਫ਼ ਕਰ ਦਿੱਤੀ ਗੁਰੂ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਭਲਿਓ ਆਪਣੇ ਭਾਣੇ ਵਿੱਚ ਚੱਲਣ ਵਾਲਿਆਂ ਦੀ ਜਿਹੜੀ ਹੈ ਉਹ ਹਮੇਸ਼ਾ ਹਾਰ ਹੁੰਦੀ ਹੈ ਤੇ ਆਪਣੇ ਭਾਣੇ ਵਿੱਚ ਚੱਲਣ ਵਾਲਿਆਂ ਦੀ ਹਮੇਸ਼ਾ ਹੀ ਖوارਤਾ ਹੀ ਹੁੰਦੀ ਹੈ ਇਹ ਗੱਲ ਸਾਫ਼ ਹੋ ਗਈ। ਪਿਆਰਿਓ ਮੈਂ ਜਿਹੜੀ ਬੇਨਤੀ ਕਰਨੀ ਚਾਹਉਨਾ ਕਿ ਅੱਜ ਬਹਿਮ ਭਰਮ ਪਖੰਡ ਸਾਡੇ ਵਿੱਚ ਇੰਨੇ ਕੋ ਪੈ ਗਏ ਨੇ ਅਸੀਂ ਇੰਨੇ ਕੋ ਵਹਿਮਾਂ ਦੇ ਵਿੱਚ ਪੈ ਗਏ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਅਸਲ ਮਾਰਗ ਤੋਂ ਅਸੀਂ ਥੜਕ ਗਏ ਜਾਣਾ ਅਸੀਂ ਇੱਕ ਦਿਸ਼ਾ ਵੱਲ ਸੀ ਪਰ ਅਸੀਂ ਰਸਤੇ ਵਿੱਚ ਹੀ ਪੜਾਵਣਾ ਕੇ ਬਹਿ ਗਏ ਕੋਈ ਇੱਧਰ ਨੂੰ ਚੱਲਿਆ ਗਿਆ ਕਿ ਉੱਧਰ ਨੂੰ ਚੱਲਿਆ ਗਿਆ ਸਿੱਧਾ ਰਾਹ ਜਿਹੜਾ ਮੰਜ਼ਿਲ ਵੱਲ ਜਾ ਰਿਹਾ ਸੀ ਉਹ ਤੇ ਅਸੀਂ ਤੁਰੇ ਹੀ ਨਹੀਂ ਤੁਰੇ ਜਰੂਰ ਸੀ ਪਰ ਅਸੀਂ ਪਹੁੰਚੇ ਨਹੀਂ ਅਸੀਂ ਰਸਤਿਆਂ ਵਿੱਚ ਹੀ ਠੱਗੇ ਗਏ ਇੱਕ ਬੰਦਾ ਤੁਰਿਆ ਸਾਹਮਣੇ ਮੰਜ਼ਲ ਐ ਪਰ ਉਹਨੂੰ ਰਸਤੇ ਵਿੱਚ ਬੜੇ ਮਿਲੇ ਉਹਨਾਂ ਦੀਆਂ ਗੱਲਾਂ 'ਚ ਭਰਮ ਕੇ ਉਹ ਰਸਤਿਆਂ ਵਿੱਚ ਹੀ ਰੁਕ ਗਿਆ ਸਹੀ ਪਰਮਾਰਥ ਤੱਕ ਉਹ ਪਹੁੰਚ ਨਹੀਂ ਸਕਿਆ ਅਸੀਂ ਉਹੋ ਜੇ ਹੋ ਗਏ ਅਸੀਂ ਠੱਗੇ ਗਏ ਠੱਗੇ ਗਏ ਰਾਹ ਦੇ ਵਿੱਚ ਕੋਈ ਕਹਿੰਦਾ ਜੀ ਕੋਇਲ ਕੋਇਲ ਦੀਆਂ ਚਾਰ ਗੱਲਾਂ ਮੰਨ ਲਓ ਕੋਈ ਕਹਿੰਦਾ ਜੀ ਘਰੇ ਕੋਇਲ ਪਾਲ ਲਓ ਕੋਈ ਕਹਿੰਦਾ ਕੋਇਲ ਦੀ ਆਵਾਜ਼ ਸੁਣਨੀ ਚੰਗੀ ਹੁੰਦੀ ਆ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਕੀੜਿਆਂ ਦੇ ਭੌਣ ਤੇ ਤਿਲ ਚੌਲੀ ਪਾ ਕੇ ਆਓ ਕੋਈ ਕੁਝ ਕਹਿੰਦਾ ਤੇਰੇ ਦੁੱਖ ਕੱਟੇ ਜਾਣਗੇ ਕੋਈ ਕੁਝ ਕੋਈ ਕੁਝ ਪਰ ਇੱਕ ਪਰਮਾਰਥ ਜੋ ਰੱਬ ਨੇ ਦੱਸਿਆ ਜੋ ਸੱਚੇ ਪਾਤਸ਼ਾਹ ਨੇ ਦੱਸਿਆ ਜੋ ਸੱਚੇ ਸਤਗੁਰੂ ਨੇ ਦੱਸਿਆ ਉਹ ਅਸੀਂ ਕਦੇ ਸਿੱਖਿਆ ਹੀ ਨਹੀਂ ਉਹ ਤੋਂ ਅਸੀਂ ਕੋਹਾਂ ਦੂਰ ਰਹਿ ਗਏ ਜਾ ਕੇ ਬੜੇ ਦੂਰ ਬੈਠ ਕੇ ਜਾ ਕੇ ਅਸੀਂ ਕਦੇ ਪਰਮਾਰਥ ਨੂੰ ਜਾਣਿਆ ਹੀ ਨਹੀਂ ਅਸੀਂ ਕਦੇ ਰੱਬ ਨੂੰ ਸਮਝਿਆ ਹੀ ਨਹੀਂ ਅਸੀਂ ਕਦੇ ਪਰਮਾਤਮਾ ਦੇ ਦਰ ਤੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਪਿਆਰਿਓ ਇਹ ਚੀਜ਼ਾਂ ਇਹ ਵਹਿਮ ਭਰਮ ਕਰਮ ਕਾਂ ਪਖੰਡਾਂ ਦੇ ਵਿੱਚੋਂ ਸਾਨੂੰ ਰੱਬ ਨੇ ਕੱਢਿਆ ਜੀ ਸਾਨੂੰ ਪਰਮਾਤਮਾ ਨੇ ਕੱਢਿਆ ਜੀ ਪਾਦਸ਼ਾਹ ਕਹਿੰਦੇ ਨੇ ਤੇਰੇ ਆਪਣੇ ਕਰਮ ਚੰਗੇ ਹੋਣਗੇ ਨਾ ਤੇਰੇ ਆਪਣੇ ਜਿਹੜੇ ਨੇ ਕਾਰਜਾਂ ਦੇ ਵਿੱਚ ਸਿੱਧੀ ਤੂੰ ਲੈਣੀ ਹੈ ਤੇਰੀ ਔਲਾਦ ਵੀ ਉਹੋ ਜੀ ਬਣੇਗੀ ਜੇ ਆਪ ਤੂੰ ਸਿੱਧੇ ਕੰਮ ਕਰੇਗਾ ਤੇਰੀ ਔਲਾਦ ਵੀ ਸਿੱਧੇ ਕੰਮ ਕਰੇਗੀ ਜ਼ਿੰਦਗੀ ਦੇ ਵਿੱਚ ਸੁੱਖ ਤਾਂ ਆਉਣਗੇ ਜਦੋਂ ਕਿਸੇ ਦਾ ਬੁਰਾ ਲੋਚ ਨੂੰ ਹਟ ਜਾਏਗਾ ਪਾਦਸ਼ਾਹ ਕਹਿੰਦੇ ਨੇ ਪਰ ਕਾ ਬੁਰਾ ਨਾ ਰੱਖੋ ਚੀ ਤੋ ਤੁਮ ਕੋ ਦੁਖ ਨਹੀਂ ਭਾਈ ਮੀਂ ਤ ਜਦੋਂ ਕਿਸੇ ਦਾ ਬੁਰਾ ਲੋਚਨ ਹਟ ਜੇਗਾ ਤੇਰੇ ਆਪਣੇ ਦੁਖ ਵੀ ਕੱਟੇ ਜਾਣਗੇ ਤੇਰੀ ਔਲਾਦ ਵੀ ਉਸ ਦਿਨ ਸਮਝਦਾਰ ਹੋਊਗੀ ਜਦੋਂ ਤੂੰ ਆਪ ਸਮਝਦਾਰੀ ਵੱਲ ਪੈਰ ਧਰੇਗਾ ਤੇ ਯਾਦ ਰੱਖੀ ਜਦੋਂ ਤੂੰ ਆਪ ਗੁਰੂ ਦਾ ਬਣੇਗਾ ਤੇਰੀ ਔਲਾਦ ਵੀ ਗੁਰੂ ਦੀ ਬਣ ਕੇ ਤੇਰੀ ਕਦਰ ਕਰੇਗੀ ਇਹ ਗੱਲ ਹਮੇਸ਼ਾ ਯਾਦ ਰੱਖੀ ਸੋ ਬੇਮਾ ਕਰਮਾਂ ਕਾਂਡਾਂ ਪਖੰਡਾਂ ਦੇ ਵਿੱਚੋਂ ਨਿਕਲ ਕੇ ਸੱਚੇ ਪਰਮਾਰਥ ਦੇ ਵੱਲ ਤੁਰਿਏ ਸੋ ਇਨੀਆਂ ਗੋ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ